ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣਾ ਮਨੋਰਥ ਪੱਤਰ ਮਤਲਬ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ, ਜਿਸ ਵਿੱਚ ਇੱਕ ਨੁਕਤਾ ਹੈ ਜਿਸ 'ਤੇ ਬਹੁਤ ਬਹਿਸ ਹੋ ਰਹੀ ਹੈ। ਨੁਕਤਾ ਇਹ ਹੈ ਕਿ ਸੈਕਸ਼ਨ 124A ਆਫ ਦੀ IPC ਜਿਸ ਵਿੱਚ ਦੇਸ਼ ਧਰੋਹ ਦੀ ਪਰਿਭਾਸ਼ਾ ਦਿੱਤੀ ਗਈ ਹੈ, ਉਸ ਨੂੰ ਹਟਾ ਦਿੱਤਾ ਜਾਵੇਗਾ ਕਿਉਂਕਿ ਇਸ ਦੀ ਦੁਰਵਰਤੋਂ ਹੋ ਰਹੀ ਹੈ। ਭਾਜਪਾ ਨੇ ਕਿਹਾ ਹੈ, ਦੇਸ਼ ਧਰੋਹ ਕਾ ਜੋ ਕਾਨੂੰਨ ਦੇਸ਼ ਮੇ ਹੈ ਉਸਕੋ ਖਤਮ ਕਰਨੇ ਕਾ ਵਾਅਦਾ ਇਹ ਕਾਂਗਰਸ ਪਾਰਟੀ ਨੇ ਕੀਆ ਹੈ। ਆਪ ਮੁਝੇ ਬਤਾਈਏ, ਕਿਆ ਦੇਸ਼ ਧਰੋਹ ਕਰਨੇ ਵਾਲੋ ਕੋ ਸਜ਼ਾ ਮਿਲਣੀ ਚਾਹੀਏ ਕਿ ਨਹੀਂ ਮਿਲਣੀ ਚਾਹੀਏ। ਪਰ ਕਾਂਗਰਸ ਦਾ ਇੱਕ ਤਰਕ ਬੜਾ ਸਾਫ਼ ਹੈ ਕਿ ਹੋਰ ਕਾਨੂੰਨ ਹੈਗੇ ਨੇ, ਸੈਕਸ਼ਨ 124A ਦੀ ਵੱਖਰੀ ਲੋੜ ਨਹੀਂ ਹੈ। ਖੈਰ, ਸਿਆਸੀ ਬਿਆਨਬਾਜ਼ੀ ਤਾਂ ਚੱਲਦੀ ਰਹਿੰਦੀ ਹੈ, ਅਸੀਂ ਗੱਲ ਕਰਦੇ ਹਾਂ ਮੂਲ ਮੁੱਦੇ ਦੀ। ਇਹ ਸੈਕਸ਼ਨ ਕਹਿੰਦਾ ਕੀ ਹੈ? ਸੈਕਸ਼ਨ ਵਿੱਚ ਲਿਖਿਆ ਹੈ ਕਿ ਕੋਈ ਵੀ ਜੇ ਸ਼ਬਦਾਂ, ਇਸ਼ਾਰਿਆਂ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਭਾਰਤ ਦੀ ਸਰਕਾਰ ਵੱਲ ਦੁਰਭਾਵਨਾ ਜਗਾਉਂਦਾ ਹੈ ਜਾਂ ਜਗਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਕਿਉਂਕਿ ਇਹ ਪਰਿਭਾਸ਼ਾ ਅਜੇ ਵੀ ਬਹੁਤ ਵੇਗ ਯਾਨੀ ਅਸਪਸ਼ਟ ਹੈ, ਇਸੇ ਲਈ ਕਈ ਵਾਰ ਇਹ ਇਲਜ਼ਾਮ ਲੱਗਦੇ ਨੇ ਕਿ ਸਰਕਾਰ ਇਸ ਨੂੰ ਆਪਣੇ ਸਿਆਸੀ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਵਰਤਦੀ ਹੈ। ਇਹਨਾਂ ਵਿੱਚ ਉਹ ਮਾਮਲਾ ਸ਼ਾਮਲ ਹੈ ਜਿਸ ਵਿੱਚ JNU ਦੇ ਵਿਦਿਆਰਥੀ ਲੀਡਰ ਕਨ੍ਹਈਆ ਕੁਮਾਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਪੰਜਾਬ ਵਿੱਚ 2016 ਵਿੱਚ ਸਰਬੱਤ ਖਾਲਸਾ ਇਕੱਠ ਤੋਂ ਬਾਅਦ ਇੱਕ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਉੱਪਰ ਵੀ ਸਰਕਾਰ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਇੱਕ ਭਾਸ਼ਣ ਵਿੱਚ ਦੇਸ਼ ਧਰੋਹ ਕੀਤਾ ਹੈ। ਲੇਕਿਨ ਉਸ ਭਾਸ਼ਣ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਉਹਨਾਂ ਨੂੰ ਬੇਲ ਦੇ ਦਿੱਤੀ। ਕਿਹਾ ਕਿ ਇਸ ਵਿੱਚ ਹਿੰਸਕ ਵਿਰੋਧ ਭੜਕਾਉਣ ਦੀ ਕੋਈ ਗੱਲ ਨਜ਼ਰ ਨਹੀਂ ਆਈ। ਹਿੰਸਕ ਵਿਰੋਧ ਜ਼ਰੂਰੀ ਸ਼ਬਦ ਨੇ। ਸੁਪਰੀਮ ਕੋਰਟ ਨੇ ਵਾਰ ਵਾਰ ਕਿਹਾ ਹੈ ਕਿ ਦੇਸ਼ ਧਰੋਹ ਉਦੋਂ ਹੀ ਮੰਨਿਆ ਜਾ ਸਕਦਾ ਹੈ ਜਦੋਂ ਇੱਕਦਮ ਅਤੇ ਸਾਫ਼ ਤੌਰ 'ਤੇ ਨਜ਼ਰ ਆਏ ਕਿ ਹਿੰਸਾ ਨੂੰ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦੱਸਣਯੋਗ ਮਾਮਲਾ ਪੰਜਾਬ ਨਾਲ ਸੰਬੰਧ ਰੱਖਦਾ ਹੈ। 1995 ਵਿੱਚ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਨਾਲ ਭਾਰਤ ਸਰਕਾਰ ਨੂੰ ਕੋਈ ਖਤਰਾ ਨਹੀਂ ਪੈਦਾ ਹੋ ਜਾਂਦਾ। ਇਸ ਜੱਜਮੈਂਟ ਦਾ ਆਧਾਰ 1962 ਵਿੱਚ ਹੀ ਬਣ ਗਿਆ ਸੀ ਜਦੋਂ ਇੱਕ ਵਿਅਕਤੀ ਖਿਲਾਫ਼ ਬਿਹਾਰ ਦੀ ਸਰਕਾਰ ਵੱਲੋਂ ਕੀਤੇ ਕੇਸ ਵਿੱਚ ਸੁਪਰੀਮ ਕੋਰਟ ਨੇ ਦੇਸ਼ ਧਰੋਹ ਦੀ ਪਰਿਭਾਸ਼ਾ ਨੂੰ ਸੀਮਿਤ ਕਰ ਦਿੱਤਾ ਸੀ। ਭਾਰਤ ਵਿੱਚ ਇਹ ਕਾਨੂੰਨ ਬ੍ਰਿਟਿਸ਼ ਹਕੂਮਤ ਲੈ ਕੇ ਆਈ ਸੀ, ਪਰ ਬ੍ਰਿਟੇਨ ਵਿੱਚ 2009 ਵਿੱਚ ਹੀ ਇਹ ਕਾਨੂੰਨ ਖਤਮ ਕਰ ਦਿੱਤਾ ਗਿਆ। ਦਲੀਲ ਦਿੱਤੀ ਗਈ ਕਿ ਹੋਰ ਕਾਨੂੰਨਾਂ ਦੇ ਆਉਣ ਤੋਂ ਬਾਅਦ ਇਹ ਕਾਨੂੰਨ ਫਜ਼ੂਲ ਹੋ ਗਿਆ ਹੈ ਅਤੇ ਉਂਝ ਵੀ ਇਸ ਦੀ ਦੁਰਵਰਤੋਂ ਹੁੰਦੀ ਹੈ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਖਤਮ ਕਰਨ ਲਈ। ਇੱਕ ਕਾਰਨ ਹੋਰ ਦਿੱਤਾ ਗਿਆ ਕਿ ਹੋਰਨਾਂ ਦੇਸ਼ਾਂ ਵਿੱਚ ਵੀ ਅਜਿਹੇ ਕਾਨੂੰਨ ਬਣਾਏ ਗਏ ਨੇ ਅਤੇ ਉੱਥੇ ਵੀ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਇਸ ਦੀ ਦੁਰਵਰਤੋਂ ਹੋ ਰਹੀ ਹੈ। ਭਾਰਤ ਵਿੱਚ ਬਹਿਸ ਲਗਾਤਾਰ ਜਾਰੀ ਹੈ ਅਤੇ ਹੁਣ ਇਹ ਇਲੈਕਸ਼ਨ ਦਾ ਇੱਕ ਮੁੱਖ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ।